ਹੁਣ ਰਾਜੋਵਾਣੇ ਨੂੰ ਪਹਿਲਾਂ ਮਾਫੀ ਦੇਤੀ, ਫਿਰ ਉੱਥੇ ਕਹਿਤਾ ਕਿ ਸ਼ਾਹ ਨੇ ਕਿ ਇਹ ਮਾਫੀ ਨਹੀਂ ਦਿੱਤੀ। ਤੁਹਾਨੂੰ ਪਤਾ ਹੈ ਕਿ ਇਹ ਰਾਜੋਵਾਣੇ ਦੀ ਮਾਫੀ ਦੇ ਖਿਲਾਫ ਸਾਰੀ ਕਾਂਗਰਸ ਪਾਰਟੀ ਹੈਗੀ ਹੈ ਕਿ ਉਸ ਨੇ ਸਾਡਾ ਚੀਫ ਮਿਨਿਸਟਰ ਉਸ ਨੂੰ ਐਕਸੀਕਿਊਟ ਕੀਤਾ ਸੀ, ਉਹਨੂੰ ਖਤਮ ਕੀਤਾ ਸੀਗਾ। ਹੁਣ ਗੱਲ ਕੀ ਹੈ ਕਿ ਜਿਹੜਾ ਸ਼ਾਹ ਸਾਹਿਬ ਹੈ ਹੋਮ ਮਿਨਿਸਟਰ ਸਾਡੇ, ਉਹਨਾਂ ਦੇ ਖਿਲਾਫ ਇਲਜ਼ਾਮ ਸੀਗੇ ਕਿ ਇੱਕ ਸਹਾਬਉਦੀਨ ਮੁਸਲਮਾਨ ਨੂੰ ਉਹਨਾਂ ਨੇ ਨਜਾਇਜ਼ ਪੁਲਿਸ ਦੇ ਮੁਕਾਬਲੇ ਦੇ ਵਿੱਚ ਮਰਵਾਤਾ ਸੀਗਾ। ਉਹਨਾਂ ਦੀ ਤਫਤੀਸ਼ ਇੱਕ ਜੱਜ ਕਰ ਰਿਹਾ ਸੀਗਾ, ਜਿਹੜੇ ਜੱਜ ਨੂੰ ਮਰਵਾ ਦਿੱਤਾ ਸੀ ਜਦੋਂ ਉਹ ਵਿਆਹ 'ਤੇ ਗਿਆ ਸੀਗਾ। ਕਾਂਗਰਸ ਪਾਰਟੀ ਨੇ ਕਿਹਾ ਕਿ ਅਸੀਂ ਸ਼ਾਹ ਜਿਹੜਾ ਹੋਮ ਮਿਨਿਸਟਰ ਹੈ ਜਿਹੜਾ ਇਸ ਨੇ ਉਹ ਜੱਜ ਮਰਵਾਤਾ ਸੀ, ਉਹ ਜੱਜ ਮਰਵਾਤਾ ਸੀ, ਉਹਦੀ ਇਨਕੁਆਇਰੀ ਜਿਹੜਾ ਜੱਜ ਮਾਰਤਾ ਸੀ, ਅਸੀਂ ਹੋਰ ਇੱਕ ਇਨਕੁਆਇਰੀ ਕਰਨੀ ਹੈ, ਠੀਕ ਹੈ, ਇੱਕ ਜੱਜ ਹੋਰ ਬਿਠਾਉਣਾ ਮਹਾਰਾਸ਼ਟਰ 'ਚ। ਹੁਣ ਇਹਨਾਂ ਦਾ ਲੈ ਦੇ ਹੋਇਆ ਕੁਛ ਕਿ ਸ਼ਾਹ ਦੀ ਇਨਕੁਆਇਰੀ ਨਾ ਕਰੇ ਕਾਂਗਰਸ ਮਹਾਰਾਸ਼ਟਰ ਦੇ ਵਿੱਚ, ਜਿਹੜਾ ਇਹ ਸ਼ਹਾਬਉਦੀਨ ਮਾਰਿਆ ਸੀ, ਅਤੇ ਇੱਥੇ ਰਾਜੋਵਾਣੇ ਦੀ ਫਾਂਸੀ ਬਰਕਰਾਰ ਰੱਖੀ ਜਾਏ। ਇਹ ਕਾਂਗਰਸ ਦਾ ਫੈਸਲਾ ਹੋਇਆ, ਇਹ BJP ਦੇ ਨਾਲ ਅਤੇ ਸ਼ਿਵ ਸੈਨਾ ਦੇ ਨਾਲ ਜਿਹੜਾ ਕਾਂਗਰਸ ਨੇ ਸਮਝੌਤਾ ਕਰ ਲਿਆ। ਹੁਣ ਇਹ ਕਹਿੰਦੇ ਆ ਕਿ ਅਸੀਂ ਸੈਕੂਲਰ ਅਤੇ ਧਰਮ ਨਿਰਪੱਖ ਪਾਰਟੀ ਹੈ, ਇਹ ਵੀ ਹੁਣ ਕੋਈ ਨਹੀਂ ਮੰਨ ਸਕਦਾ, ਕਿਉਂ ਕਰਕੇ ਪਰਸੋਂ ਹੀ ਸ਼ਿਵ ਸੈਨਾ ਦੇ ਚੀਫ ਮਿਨਿਸਟਰ ਨੇ ਬਿਆਨ ਦਿੱਤਾ ਕਿ ਅਸੀਂ ਜਿਹੜਾ ਹਿੰਦੂ ਏਜੰਡਾ ਹੈਗਾ, ਹਿੰਦੂ ਰਾਸ਼ਟਰ ਦਾ, ਹਿੰਦੁੱਤਵ ਦਾ, ਉਹ ਲਾਜ਼ਮੀ ਅਸੀਂ ਲਾਗੂ ਕਰਨਾ। ਸਾਰੇ ਮੰਨਦੇ ਨਹੀਂ, ਇਹ ਸਾਰੇ ਇੱਕ ਹੈਗੇ ਹੈ ਜਿਹੜੀ ਨਾਗਪੁਰ ਤੋਂ ਸੋਚ ਚੱਲਦੀ ਹੈ, ਬੇਸ਼ੱਕ ਕਾਂਗਰਸ ਹੋਵੇ, ਆਮ ਆਦਮੀ ਪਾਰਟੀ ਹੋਵੇ, BJP, RSS ਹੋਵੇ, ਇਹ ਸਾਰੇ ਇੱਕ ਹੈ, ਇਹ ਸੋਚ ਦੇ ਅਧੀਨ ਚੱਲਦੇ ਹੈਗੇ ਹੈ। ਸੋ ਇਹ ਇਹ ਸਾਨੂੰ ਰਾਜੋਵਾਣੇ ਦਾ ਬੜਾ ਇਹ ਸਿੱਖ ਕੌਮ ਨੂੰ ਇਹ ਧੱਕਾ ਲੱਗਿਆ ਕਿ ਇੱਕ ਵਾਰੀ ਉਹਨੂੰ ਕਹਿ ਕੇ ਕਿ ਇਹਦੀ ਅਸੀਂ ਤੋੜਤੀ ਹੈ, ਤਾਂ ਫਿਰ ਸ਼ੁਰੂ ਕਰ ਦਿੱਤੀ ਹੈਗੀ ਹੈ ਇਹ ਇਹਦੀ। ਅਤੇ ਸਾਨੂੰ ਡਰ ਲੱਗਦਾ ਕਿ ਉਹਨੂੰ ਰਾਤੋ ਰਾਤ ਹੀ ਫਾਂਸੀ ਦੇਤੀ ਸੀਗੀ, ਗੁਰੂ ਨੂੰ, ਮੁਸਲਮਾਨ ਗੁਰੂ ਨੂੰ ਰਾਤੋ ਰਾਤ ਹੀ ਫਾਂਸੀ ਦੇਤੀ ਸੀ ਤਿਹਾਰ ਜੇਲ੍ਹ ਦੇ ਵਿੱਚ। ਸਾਨੂੰ ਭੈ ਹੈ ਕਿ ਕਿਤੇ ਰਾਤੋ ਰਾਤ ਹੀ ਰਾਜੋਵਾਣੇ ਨੂੰ ਹੁਣ ਇਹ ਫਾਂਸੀ ਨਾ ਦੇ ਦੇਣ। ਹੁਣ ਰਾਜੋਵਾਣੇ ਦੀ ਫਾਂਸੀ ਛਡਾਉਣ ਦੇ ਲਈ ਬਾਦਲ ਦਲੀਏ ਮੂਹਰੇ ਹੈ, ਉਹ ਕਹਿੰਦੇ ਆ ਕਿ ਅਸੀਂ ਕਰਾਇਆ ਸਾਰਾ ਕੁਛ। ਜੇ ਉਹਨਾਂ ਨੇ ਕਰਾਇਆ, ਫਿਰ ਬਾਦਲ BJP RSS ਦੀ ਫਿਰ ਹੁਣ ਕਿਹੋ ਜਿਹੀ ਰਿਸ਼ਤਾ ਹੈਗਾ, ਕਿਹੋ ਜਿਹਾ ਨਹੀਂ ਹੈ, ਇਹਦੇ 'ਤੇ ਵੀ ਸ਼ੱਕ ਪੈਂਦਾ, ਕਿਉਂ ਕਰਕੇ ਇਹ ਤਾਂ ਬਹੁਤ ਬੇਇੱਜ਼ਤੀ ਹੈ ਬਾਦਲ ਦਲ ਦੀ ਕਿ ਤੁਹਾਨੂੰ ਪ੍ਰੋਮਿਸ ਕਰਕੇ ਕਿ ਇਹਨੂੰ ਫਾਂਸੀ ਨਹੀਂ ਦਿੱਤੀ ਜਾਊਗੀ। ਹੁਣ ਸ਼ਾਹ ਨੇ ਪਾਰਲੀਮੈਂਟ ਦੇ ਵਿੱਚ ਕਹਿਤਾ ਕਿ ਫਾਂਸੀ ਤਾਂ ਅਸੀਂ ਮਾਫ਼ ਕੀਤੀ ਹੋਈ ਨਹੀਂ ਹੈ। ਸੋ ਇਹ ਜਿਹੜੀਆਂ ਤਬਦੀਲੀਆਂ ਹੋ ਰਹੀਆਂ ਸਿੱਖਾਂ ਦੇ ਉੱਤੇ, ਸਾਨੂੰ ਇਹ ਬਹੁਤ ਸ਼ੱਕ ਹੈ। ਅਤੇ ਸਾਡੇ ਬੰਦੇ ਦਵਿੰਦਰਪਾਲ ਸਿੰਘ ਭੁੱਲਰ, ਗੁਰਦੀਪ ਸਿੰਘ ਖੇੜਾ,
ਲਾਲ ਸਿੰਘ, ਹਵਾੜਾ, ਲੋਹਾਰਾ, ਦਿਆ ਸਿੰਘ, ਭਿਓਰਾ, ਜਗਤਾਰ ਸਿੰਘ ਤਾਰਾ, ਗੁਰਮੀਤ ਸਿੰਘ, ਸ਼ਮਸ਼ੇਰ ਸਿੰਘ ਰਾਜਪੁਰਾ, ਲਖਵਿੰਦਰ ਸਿੰਘ ਨਾਰੰਗਵਾਲ, ਹਰਨੇਕ ਸਿੰਘ ਭੱਪ, ਇਹ ਸਾਰੇ ਵਹਿਦੇ ਹੋਏ ਹੋਏ ਹੈ ਕਿ ਇਹਨਾਂ ਨੂੰ ਛੱਡਾਂਗੇ, ਪਰ ਇਹਨਾਂ ਨੂੰ ਛੱਡਦੇ ਨਹੀਂ ਹੈਗੇ। ਇਹ ਹੁਣ ਇਹਦਾ ਮਤਲਬ ਹੈ ਕਿ ਸਿੱਖ ਅਤੇ ਸੈਂਟਰ ਫਿਰ ਜਿਵੇਂ 1984 ਦੇ ਵਿੱਚ ਸਾਹਮਣੇ ਸਾਹਮਣੇ ਆ ਗਏ ਸੀਗੇ, ਇਹ ਇਹਨਾਂ ਦੀ ਪਲੈਨਿੰਗ ਬਣ ਰਹੀ ਹੈ ਕਿ ਇਹਨਾਂ ਨੂੰ ਖਤਮ ਕੀਤਾ ਜਾਏ। ਹੁਣ 25 ਸਾਲਾਂ ਤੋਂ ਜੇਲ੍ਹ 'ਚ ਨੇ ਅਤੇ ਉਮਰ ਕੈਦ ਹੁੰਦੀ ਹੈ 20 ਸਾਲ ਦੀ, ਅਤੇ ਇਹ ਤਾਂ 25 ਸਾਲਾਂ ਤੋਂ ਅੰਦਰ ਹੈਗੇ ਹੈ, ਇਹਦਾ ਕੀ ਮਤਲਬ ਹੈ? ਇਹਦੇ ਬਾਰੇ ਕਿਉਂ ਨਹੀਂ ਇਹ ਕੋਈ ਨੋਟਿਸ ਲੈ ਰਿਹਾ? ਹੁਣ ਇਹ 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 ਸੂਬਾ ਹੈਗਾ ਬਾਰਡਰ ਦਾ, ਇੱਥੇ ਬੰਦੂਕਾਂ ਹੁੰਦੀਆਂ ਸਾਰਿਆਂ ਦੇ ਕੋਲ, ਠੀਕ ਹੈ। ਹੁਣ ਸੈਂਟਰ ਪਾਸ ਕਰ ਰਿਹਾ ਕਿ ਸਿਰਫ ਇੱਕ ਬੰਦੂਕ ਇੱਕ ਲਾਇਸੈਂਸ ਦੇ ਉੱਤੇ ਰਹਿ ਸਕਦੀ ਹੈ। ਹੁਣ ਮੇਰਾ ਕਹਿਣ ਦਾ ਮਤਲਬ ਹੈ ਕਿ ਅਸੀਂ ਬਾਹਰ ਪਿੰਡਾਂ ਦੇ ਵਿੱਚ ਰਹਿੰਦੇ ਹਾਂ, ਮਿਊਂਸਪੈਲਿਟੀ ਜਿਹੜੇ ਟਾਊਨਸ ਹੈਗੇ ਆ ਉਹਦੇ ਵਿੱਚ ਤਾਂ ਗਸ਼ਤ ਹੁੰਦੀ ਹੈ ਪੁਲਿਸ ਦੀ, ਪਰ ਪਿੰਡਾਂ ਦੇ ਵਿੱਚ ਤਾਂ ਪੁਲਿਸ ਦੀ ਗਸ਼ਤ ਨਹੀਂ ਹੁੰਦੀ, ਸਿਰਫ ਮਿਊਂਸਪੈਲਿਟੀ ਦੇ ਵਿੱਚ ਹੁੰਦੀ ਹੈ। ਅਤੇ ਸਾਨੂੰ ਆਪਣੀ ਰੱਖਿਆ ਦੇ ਲਈ, ਬਾਰਡਰ ਸਟੇਟ ਹੈ, ਸਾਨੂੰ ਬੰਦੂਕਾਂ ਅਸਲਾ ਰੱਖਣਾ ਪੈਂਦਾ। ਅਤੇ ਜਿੰਨੇ ਵੀ ਕਤਲ ਹੋਏ ਹੈ ਇਹ ਗੈਰ ਲਾਇਸੈਂਸ, ਬਗੈਰ ਲਾਇਸੈਂਸ ਤੋਂ, ਇਹ ਸਾਰਾ ਕੁਛ ਜਿਹੜਾ ਟੈਰਰਿਜ਼ਮ ਹੈ, ਜਿਹੜਾ ਇਹ ਦੂਸਰੇ ਬੰਦੇ ਹੈਗੇ ਆ ਜਿਹੜੇ ਕਤਲ ਕਰਦੇ ਆ, ਇਹ ਤਾਂ ਗੈਰ ਲਾਇਸੈਂਸੀ ਹਥਿਆਰਾਂ ਦੇ ਨਾਲ ਕਰਦੇ ਆ। ਜੇ ਇਹਨਾਂ ਨੂੰ ਪਤਾ ਲੱਗ ਗਿਆ, ਜਿਹੜੇ ਗੈਰ ਲਾਇਸੈਂਸ ਵਾਲੇ ਹੈਗੇ ਆ ਜਿਹੜੇ ਰੱਖਦੇ ਅਸਲਾ, ਕਿ ਲੋਕਾਂ ਦੇ ਕੋਲੋਂ ਤਾਂ ਲਾਇਸੈਂਸ ਹੀ ਖੋਏ ਗਏ ਹੈ, ਇਹ ਤਾਂ ਫਿਰ ਉਂਤਰੇ ਹੋਰ ਲੋਕਾਂ ਨੂੰ ਮਾਰਨ ਲੱਗ ਪੈਣਗੇ। ਜਿਵੇਂ ਆ ਮਲੋਟ ਦੇ ਵਿੱਚ ਉਹ ਜਿੰਮ ਦੇ ਵਿੱਚ ਗਿਆ ਸੀਗਾ, ਉਹਨੂੰ ਜਾ ਕੇ ਮਾਰਤਾ ਇਹ। ਸੋ ਇਹ ਇਹ ਦੇਖਣ ਵਾਲੀ ਚੀਜ਼ ਹੈ ਕਿ ਪੰਜਾਬ ਦੇ ਵਿੱਚ ਇਹ ਲਾਗੂ ਨਹੀਂ ਹੋ ਸਕਦਾ ਕਿ ਤੁਸੀਂ ਸ਼ਸਤਰ ਸਿਰਫ ਇੱਕ ਹੀ ਰੱਖ ਸਕਦੇ ਹੋ। ਠੀਕ ਹੈ, ਇਹ ਫੌਜ ਦੇ ਕੋਲ ਸ਼ਸਤਰ ਹੈਗੇ ਆ, ਸਾਰੇ ਕੋਲ ਹੈ, ਪਰ ਜੇ ਫੌਜ ਦੇ ਕੋਲ ਸ਼ਸਤਰ ਹੈ, ਜਦੋਂ 1984 ਦੇ ਵਿੱਚ ਤੋਂ ਕਹਿੰਦੇ ਰਹੇ ਹੈ ਕਿ ਇਹਦੇ 'ਚ ਖਤਰਾ ਬੜਾ, ਇੱਥੇ ਦਹਿਸ਼ਤਗਰਦੀ ਆ ਜਾਣਗੇ, ਅਤੇ ਜਿਹੜੀ ਇੰਡੀਅਨ ਐਕਸਪ੍ਰੈਸ ਹੈ, ਅੰਗਰੇਜ਼ੀ ਦੀਆਂ ਅਖਬਾਰਾਂ, ਟਾਈਮਸ ਆਫ ਇੰਡੀਆ, ਇਹ ਵੀ ਕਹਿ ਰਹੀ ਹੈ ਕਿ ਇਹ ਇਹ ਸਿੱਖ ਜਿਵੇਂ ਜਿਵੇਂ ਪਾਕਿਸਤਾਨ 'ਚ ਜਾਣਗੇ, ਉਸ ਤਰ੍ਹਾਂ ਇਹ ਹੋਣਗੇ ਕਿ ਸਾਨੂੰ ਅਲੱਗਾ ਮੁਲਕ ਚਾਹੀਦਾ। ਹੁਣ ਤੁਸੀਂ ਮੈਨੂੰ ਦੱਸੋ ਕਿ ਜਿਹੜਾ ਮਾਨਸਰੋਵਰ ਹੈ, ਉੱਥੇ ਹਿੰਦੂ ਜਾਂਦੇ ਆ ਚੀਨ ਦੇ ਵਿੱਚ, ਚੀਨ ਦੇ ਵਿੱਚ ਆਪਣੇ ਦਰਸ਼ਨ ਕਰਨ ਜਾਂਦੇ ਹੈ, ਆਪਣੇ ਮਜ਼ਹਬ ਦੀ ਤਮੰਨਾ ਪੂਰੀ ਕਰਨ ਆਉਂਦੇ ਹੈ, ਅਤੇ ਚੀਨ ਨੇ 39,000 ਸਕੁਏਅਰ ਕਿਲੋਮੀਟਰਸ ਲੱਦਾਖ ਦੇ 1962 ਦੇ ਵਾਰ ਦੇ ਵਿੱਚ ਨੱਪੇ ਹੋਏ ਹੈ ਤੁਹਾਡੀ ਇੰਡੀਆ ਦੀ ਧਰਤੀ, 39,000 ਸਕੁਏਅਰ ਕਿਲੋਮੀਟਰਸ। ਅਤੇ ਫਿਰ ਹਿੰਦੂ ਮਾਨਸਰੋਵਰ ਜਾ ਕੇ ਚੀਨ ਦੀ ਟੈਰੀਟਰੀ 'ਚ ਜਾ ਕੇ ਉਹਨਾਂ ਦਾ ਮਨ ਕਿਉਂ ਨਹੀਂ ਬਦਲ ਜਾਂਦਾ ਜੀ? ਅਤੇ ਸਿੱਖਾਂ ਦਾ ਪਾਕਿਸਤਾਨ ਜਾ ਕੇ ਮਨ ਕਿਉਂ ਬਦਲੂਗਾ? ਮੈਨੂੰ ਇਹਦੀ ਸਮਝ ਨਹੀਂ ਆਉਂਦੀ। ਤੁਸੀਂ ਸਾਰੇ ਜਰਨਲਿਸਟ ਹੋ, ਤੁਸੀਂ ਵੀ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਜੇ ਹਿੰਦੂ ਦੁਸ਼ਮਣ ਦੀ ਟੈਰੀਟਰੀ, ਜਿਨ੍ਹਾਂ ਨੇ 39,000 ਸਕੁਏਅਰ ਕਿਲੋਮੀਟਰ ਤੁਹਾਡੇ ਨੱਪੇ ਹੋਏ ਹੈ, ਉੱਥੇ ਜਾ ਕੇ ਹਿੰਦੂ ਠੀਕ ਰਹਿੰਦੇ ਹੈ, ਉਹਨਾਂ ਨੂੰ ਤਕਲੀਫ ਨਹੀਂ ਹੁੰਦੀ, ਉਹਨਾਂ ਦੇ ਮਨ ਨਹੀਂ ਪਲਟਦੇ,
ਤੇ ਫਿਰ ਸਿੱਖਾਂ ਦੇ ਕਰਤਾਰਪੁਰ ਸਾਹਿਬ ਜਾ ਕੇ ਮਨ ਕਿਵੇਂ ਬਦਲ ਜਾਣਗੇ? ਇਹ ਤਾਂ ਇਹ ਬਹੁਤ ਇਹ ਜਿਵੇਂ ਹੁਣ ਸਿਟੀਜ਼ਨਸ਼ਿਪ ਬਿੱਲ ਪਾਸ ਕੀਤਾ ਉਹਦੇ 'ਚ ਮੁਸਲਮਾਨਾਂ ਨੂੰ ਸਿਟੀਜ਼ਨ ਹੀ ਨਹੀਂ ਬਣਾਉਣਾ ਅਤੇ 19 ਲੱਖ ਬੰਦਾ ਮੁਸਲਮਾਨਾਂ ਦਾ ਅਸਾਮ ਦੇ ਵਿੱਚ ਕੈਂਪਾਂ ਦੇ ਵਿੱਚ ਅਰੈਸਟ ਕਰਕੇ ਰੱਖਿਆ ਹੈ ਜਿਵੇਂ ਜਰਮਨੀ ਨੇ ਜੂਆਂ ਨੂੰ ਕੀਤਾ ਸੀਗਾ, ਯਹੂਦੀਆਂ ਨੂੰ ਕੀਤਾ ਸੀਗਾ। ਇਹ ਤਾਂ ਪੋਲਿਸੀ ਬਿਲਕੁਲ ਹਿੰਦੁੱਤਵਾਦੀ ਚੱਲਦੀ ਹੈ, ਇੱਥੇ ਦੂਜੀ ਕੌਮ ਰਹਿ ਨਹੀਂ ਸਕਦੀ ਹੈਗੀ। ਤਾਂ ਸਿੱਧਾ ਸਾਡੇ ਨਾਲ ਟਾਕਰਾ ਕਰਤਾ ਇਹ ਇਸ ਚੀਜ਼ ਦਾ, ਅਤੇ ਨਾ ਇਹ ਮਹਾਰਾਜ ਸਾਹਿਬ ਸਾਡੇ ਸਮਝਦੇ ਗੱਲ ਨੂੰ, ਨਾ ਬਾਦਲ ਸਾਹਿਬ ਗੂੰਗੇ ਵਰਗਣ ਹਾਂ ਦੀ ਹਾਂ ਮਿਲਾਈ ਜਾਂਦੇ। ਇੱਕੋ ਇੱਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੀ ਗੱਲ ਕਰਦੀ ਹੈ, ਅਤੇ ਸਾਨੂੰ ਇਹ ਕਦੇ ਟੈਰਰਿਸਟ ਕਹਿ ਦਿੰਦੇ ਆ, ਕਦੇ ਇਹ ਰੈਡੀਕਲਸ ਕਹਿ ਦਿੰਦੇ ਆ, ਕਦੇ ਸੈਪਰੇਟਿਸਟ ਕਹਿ ਦਿੰਦੇ ਆ, ਕਦੇ ਕੁਛ ਕਹਿ ਦਿੰਦੇ ਆ ਇਹ ਅਖਬਾਰਾਂ ਵਾਲੇ। ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਜੀ ਕਿ ਇਹ ਤੁਹਾਨੂੰ ਦੱਸਣੀਆਂ ਅੱਜ ਬਹੁਤ ਜ਼ਰੂਰੀ ਸੀਗੀ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਅਤੇ ਸੰਗਤ ਦੀ ਹਾਜ਼ਰੀ ਦੇ ਵਿੱਚ ਸਾਨੂੰ ਵਿਸ਼ਵਾਸ ਦਿੱਤਾ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ 550 ਸਾਲ ਪ੍ਰਕਾਸ਼ ਦਿਵਸ ਦੇ ਉੱਤੇ ਤੁਹਾਡੇ ਜਿੰਨੇ ਵੀ ਜੇਲ੍ਹ ਦੇ ਵਿੱਚ ਬੰਦੀ ਹੈਗੇ ਆ ਸਿੱਖਾਂ ਦੇ, ਉਹਨਾਂ ਨੂੰ ਰਿਹਾ ਕਰ ਦਾਂਗੇ, ਔਰ ਬਾਦਲ ਅਤੇ ਸੁਖਬੀਰ ਅਤੇ ਸੈਣੀ ਨੂੰ ਗ੍ਰਿਫਤਾਰ ਕਰ ਲਵਾਂਗੇ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਇੱਕ ਪੂਰਾ ਸਾਲ ਹੋ ਗਿਆ ਅਤੇ ਅਜੇ ਤੱਕ ਇਹਨਾਂ ਨੇ ਪੂਰਾ ਕੋਈ ਡੱਕਾ ਹੀ ਨਹੀਂ ਚੱਕਿਆ ਹੈਗਾ।